ਬੀਤੀ ਸ਼ਾਮ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 7 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਆਰਟ ਗੈਲਰੀ ਦੇ ਸਰਦਾਰ ਧਰਮ ਸਿੰਘ ਇੰਜੀਨੀਅਰ ਆਡੀਟੋਰੀਅਮ ਵਿਖੇ ਦਿਸ਼ਾ ਗਰੁੱਪ ਆਫ ਵਿਜੂਅਲ ਅਤੇ ਪਰਫਾਰਮਿੰਗ ਆਰਟਸ ਦਿੱਲੀ ਵੱਲੋਂ ਹਿੰਦੀ ਨਾਟਕ ਬੜੇ ਭਾਈ ਸਾਹਿਬ ਪੇਸ਼ ਕੀਤਾ ਗਿਆ। ਇਸ ਦੇ ਲੇਖਕ ਮੁਨਸ਼ੀ ਪ੍ਰੇਮ ਚੰਦ ਹਨ ਅਤੇ ਨਿਰਦੇਸ਼ਕ ਡਾਕਟਰ ਸੱਤਿਆ ਪ੍ਰਕਾਸ਼ ਹਨ। ਨਾਟਕ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਚੀਨਾ ਨੇ ਕੀਤਾ। ਇਸ ਮੌਕੇ ਨਾਟਕ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਗਰੋਵਰ ਨੇ ਦੱਸਿਆ ਕਿ ਬੜੇ ਭਾਈ ਸਾਹਿਬ ਨਾਟਕ ਸਮਾਜ ਵਿੱਚ ਸਮਾਪਤ ਹੋ ਰਹੇ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਜ਼ਿੰਦਾ ਕਰਨ ਦੀ ਮਿਸਾਲ ਪੇਸ਼ ਕਰਦਾ ਹੈ। ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਅੰਮ੍ਰਿਤਸਰ ਅਤੇ ਨਾਰਥ ਜ਼ੋਨ ਕਲਚਰ ਸੈਂਟਰ ਦੇ ਸਹਿਯੋਗ ਦੇ ਨਾਲ ਅੱਜ ਆਰਟ ਗੈਲਰੀ ਵਿਖੇ 7 ਰੋਜ਼ਾ ਫਿਲਮ ਥੀਏਟਰ ਫੈਸਟੀਵਲ ਸ਼ੁਰੂ ਕੀਤਾ ਗਿਆ ਅਤੇ ਅੱਜ ਦਾ ਜਿਹੜਾ ਫੈਸਟੀਵਲ ਜਿਹੜਾ ਅੱਜ ਸ਼ੁਰੂ ਹੋਇਆ ਇਸ ਦੇ ਵਿੱਚ 7 ਪਲੇ ਅਗਲੇ 7 ਦਿਨਾਂ ਦੇ ਵਿੱਚ ਖੇਡੇ ਜਾਣਗੇ। ਜਿਵੇਂ ਅੱਜ ਦਾ ਪਲੇ ਜਿਹੜਾ ਹੋਇਆ ਇਹ ਦਿੱਲੀ ਤੋਂ ਦਿਸ਼ਾ ਗਰੁੱਪ ਆਫ ਆਰਟਸ ਵੱਲੋਂ ਇਹ ਬੜੇ ਭਾਈ ਸਾਹਿਬ ਮੁਨਸ਼ੀ ਪ੍ਰੇਮ ਚੰਦ ਅਰੋੜਾ ਦੀ ਕਹਾਣੀ 'ਤੇ ਆਧਾਰਿਤ ਇਹ ਪਲੇ ਕੀਤਾ ਗਿਆ। ਇਸੇ ਤਰ੍ਹਾਂ ਸਾਡੇ ਕੋਲ 2 ਹੋਰ ਬਾਹਰੋਂ ਆਉਣਗੇ ਜਿਨ੍ਹਾਂ ਦੇ ਵਿੱਚ ਇੱਕ ਬੰਬੇ ਤੋਂ ਹੈ ਪਰ ਇੱਕ ਮੋਹਾਲੀ ਤੋਂ ਹੈ। ਨਾਟਕ ਦੀ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਇੱਕ ਵੱਡਾ ਭਰਾ ਆਪਣੇ ਛੋਟੇ ਭਰਾ ਦੀਆਂ ਜ਼ਿੰਮੇਵਾਰੀਆਂ ਨੂੰ ਛੋਟੀ ਉਮਰ ਵਿੱਚ ਕਿਵੇਂ ਨਿਭਾਉਂਦਾ ਹੈ। ਆਰਟ ਗੈਲਰੀ ਦੇ ਜਨਰਲ ਸਕੱਤਰ ਡਾਕਟਰ ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਇਸ ਨਾਟਕ ਦੀ ਟੀਮ ਵਿੱਚ ਕੁੱਲ 10 ਆਰਟਿਸਟ ਸਨ। ਇਹਦੇ ਵਿੱਚ ਮੈਸੇਜ ਜਿਹੜਾ ਹੈਗਾ ਇਹ ਪੜ੍ਹਾਈ ਵਰਸਿਸ ਓਵਰਆਲ ਪਰਸਨੈਲਿਟੀ ਕਿ ਇੱਕ ਬੁੱਕ ਵਰਮ ਹੁੰਦਾ ਇੱਕ ਓਵਰਆਲ ਪਰਸਨੈਲਿਟੀ ਡਿਵੈਲਪ ਕਰਨ ਵਾਲਾ ਹੁੰਦਾ ਕਿ ਜੇਕਰ ਜਿਹੜਾ ਹਰ ਪਾਸੇ ਐਕਟਿਵ ਹੈ ਸਪੋਰਟਸ ਦੇ ਵਿੱਚ ਵੀ ਐਕਟਿਵ ਹੈ ਹੋਰ ਕੰਮਾਂ ਦੇ ਵਿੱਚ ਵੀ ਐਕਟਿਵ ਹੈ ਔਰ ਉਹ ਸਗੋਂ ਪੜ੍ਹਾਈ ਦੇ ਵਿੱਚ ਵੀ ਹੱਸਦੇ ਖੇਡਦੇ ਔਰ ਨੰਬਰ 1 ਦੀ ਪੋਜੀਸ਼ਨ ਲੈ ਰਿਹਾ ਅਤੇ ਜਿਹੜਾ ਇੱਕ ਸੈਕਿੰਡ ਕੰਪੈਰੀਜ਼ਨ ਦਿਖਾਇਆ ਬੜੇ ਭਾਈ ਸਾਹਿਬ ਉਹ ਇੰਨੇ ਜ਼ਿਆਦਾ ਬੁੱਕ ਵਰਮ ਔਰ ਮਿਹਨਤੀ ਹੋਣ ਦੇ ਬਾਵਜੂਦ ਵੀ ਉਹ ਥੋੜ੍ਹਾ ਜਿੰਨਾ ਪਿੱਛੇ ਰਹਿ ਜਾਂਦੇ ਪਰ ਇਨ ਲੌਂਗ ਟਰਮ ਹਮੇਸ਼ਾ ਜਿਹੜੀ ਹੈ ਕਾਮਯਾਬੀ ਉਹਨੂੰ ਹੀ ਮਿਲਦੀ ਹੈ ਜਿਹੜਾ ਡੈਡੀਕੇਟਡ ਹੈ ਜਿਹੜਾ ਆਪਣੇ ਕੰਮ ਦੇ ਨਾਲ ਡੈਡੀਕੇਟਡ ਹੈ ਔਰ ਉਹ ਜਿਹੜਾ ਹਰ ਇੱਕ ਚੀਜ਼ ਨੂੰ ਹਰ ਇੱਕ ਪਹਿਲੂ ਨੂੰ ਉਹ ਟੱਚ ਕਰਕੇ ਚੱਲਦਾ ਇਹ ਬੜਾ ਵੱਡਾ ਇਹੋ ਸੰਦੇਸ਼ ਅੱਜ ਤੋਂ ਦੇਖੋ ਮੁਨਸ਼ੀ ਪ੍ਰੇਮ ਚੰਦ ਕਾਫੀ ਪੁਰਾਣੇ ਅਰਸੇ ਦੇ ਵਿੱਚ ਉਹਨਾਂ ਨੇ ਇਹ ਨਾਟਕ ਲਿਖਿਆ ਸੀ ਕਿ ਜਿਹੜਾ ਅੱਜ ਅਜੋਕੇ ਸਮੇਂ ਦੇ ਵਿੱਚ ਵੀ ਇਹ ਰੈਲੇਵੈਂਟ ਹੈ।